ਲੜਕੀਆਂ ਸਵੈ ਰੱਖਿਆ ਲਈ ਮਾਰਸ਼ਲ ਆਰਟ ਦਾ ਸਹਾਰਾ ਲੈਣ। ਐਸਪੀ ਦਿਆਮਾ। ਸਮਾਜ ਵਿੱਚ ਵੱਧ ਰਹੇ ਜੁਰਮ, ਖਾਸ ਕਰਕੇ ਲੜਕੀਆਂ ਤੇ ਹੋ ਰਹੇ ਅਤਿਆਚਾਰਾਂ ਨੂੰ ਠੱਲ ਪਾਉਣ ਲਈ ਅੱਜ ਦੇ ਸਮੇਂ ਵਿੱਚ ਲੜਕੀਆਂ ਨੂੰ ਸਵੈ ਨਿਰਭਰ ਹੋਣਾ ਬਹੁਤ ਹੀ ਜ਼ਰੂਰੀ ਹੈ ਤੇ ਲੜਕੀਆਂ ਨੂੰ ਸਵੈ ਰੱਖਿਆ ਲਈ ਮਾਰਸ਼ਲ ਆਰਟ ਦਾ ਸਹਾਰਾ ਲੈਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਪੀ ਹਰੀਸ਼ ਦਿਆਮਾ ਨੇ ਕਸਬਾ ਮੁਕੰਦਪੁਰ ਦੇ ਇੱਕ ਨਿੱਜੀ ਕਾਲਜ ਵਿਖੇ ਲੜਕੀਆਂ ਵਾਸਤੇ ਲਗਾਏ ਗਏ 2 ਦਿਨਾਂ ਮਾਰਸ਼ਲ ਆਰਟ ਤੇ ਸਵੈ ਰੱਖਿਆ ਟ੍ਰੇਨਿੰਗ ਕੈਂਪ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਭਾਰਤ ਦਾ ਸਰਮਾਇਆ ਹੈ ਜਿਸ ਨੂੰ ਸੰਭਾਲਣ ਦੀ ਜ਼ਰੂਰਤ ਹੈ। ਬੰਗਾ ਤੋਂ ਅਜੀਤ ਵੈਬ ਟੀਵੀ ਲਈ ਗੁਰਜਿੰਦਰ ਸਿੰਘ ਗੁਰੂ ਦੀ ਰਿਪੋਰਟ। ਪ੍ਰੋਗਰਾਮ ਹੈ ਉਹ ਕਮਿਊਨਿਟੀ ਪੁਲਿਸਿੰਗ ਕੇ ਅੰਦਰ ਹਮਨੇ ਵਿਮੈਨ ਸੈਲਫ ਡਿਫੈਂਸ ਕਾ ਪ੍ਰੋਗਰਾਮ ਰੱਖਾ ਹੈ ਜਿਸਕੇ ਅੰਦਰ ਹਮ ਸ਼ਹੀਦ ਭਗਤ ਸਿੰਘ ਨਗਰ ਡਿਸਟ੍ਰਿਕਟ ਕੇ ਤੀਨੋਂ ਸਬ ਡਿਵੀਜ਼ਨਸ ਕੇ ਅੰਦਰ ਸਕੂਲਸ ਕੋ ਚੁਣ ਕਰ ਉਸਮੇ ਬੱਚਿਓਂ ਕੋ ਸਕੂਲ ਕੇ ਸਟੂਡੈਂਟਸ ਕੋ ਸੈਲਫ ਡਿਫੈਂਸ ਕੀ ਟ੍ਰੇਨਿੰਗ ਦਿਲਵਾਏਂਗੇ ਪ੍ਰੋਫੈਸ਼ਨਲਸ। ਅੱਜ ਇਹ ਪਹਿਲਾ ਪ੍ਰੋਗਰਾਮ ਹੈ ਐਸੀ ਸੀਰੀਜ਼ ਕਾ ਜੋ ਕਿ ਅਮਰਦੀਪ ਸ਼ੇਰਗਿੱਲ ਸਕੂਲ ਕੇ ਅੰਦਰ ਰਖਵਾਇਆ ਗਿਆ ਹੈ ਜਿਸਮੇ ਭਾਰੀ ਮਾਤਰਾ ਮੇਂ ਬੱਚੇ ਆਏ ਹੈ ਪਾਰਟੀਸਪੇਟ ਵੀ ਕਰ ਰਹੇ ਹੈ ਔਰ ਉਨਕੋ ਜੋ ਬੇਸਿਕ ਸੈਲਫ ਡਿਫੈਂਸ ਕੇ ਟੈਕਨੀਕਸ ਹੈ ਪ੍ਰੋਫੈਸ਼ਨਲਸ ਕੇ ਥਰੂ ਸਿਖਾਈ ਜਾ ਰਹੀ ਹੈ। ਉਨਕੇ ਨਾਮ ਨੋਟ ਵੀ ਕੀਏ ਜਾਏਂਗੇ ਜੋ ਇੰਟਰਸਟਿਡ ਹੈ ਜੋ ਵਾਲੰਟੀਅਰਲੀ ਇਸਕੋ ਆਗੇ ਕੰਟੀਨਿਊ ਕਰਨਾ ਚਾਹਤੇ ਹੈ ਉਨਕੇ ਲੀਏ ਫ੍ਰੀ ਆਫ ਕਾਸਟ।